ਸਤਿ ਸ਼੍ਰੀ ਅਕਾਲ ਜੀ ਦੋਸਤੋ, ਨਮੱਖਾਂ ਨਾਲ ਨੰਨੇ ਸਹਿਜ ਪ੍ਰੀਤ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਮਸ਼ਾਨ ਘਾਟ 'ਚ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ। ਸ਼ਮਸ਼ਾਨ ਘਾਟ 'ਚ ਮੌਜੂਦ ਦੀ ਅੱਖ ਨਮ ਸੀ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਦੱਸ ਦਈਏ ਕਿ ਬੀਤੇ 2 ਦਿਨਾਂ ਤੋਂ ਸਹਿਜ ਪ੍ਰੀਤ ਲਾਪਤਾ ਸੀ, ਜਿਸ ਦੀ ਭਾਲ ਲਈ ਮਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਸੀ, ਪਰ ਕਿਸਮਤ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਸਹਿਜ ਮਿਲਿਆ ਤਾਂ ਹੈ ਪਰ ਮਾਂ ਨੂੰ ਜ਼ਿੰਦਾ ਨਹੀਂ। ਜ਼ਿਕਰਯੋਗ ਹੈ ਕਿ ਬਦਲਾਪੁਰ ਬਸਤੀ ਦੇ ਰਹਿਣ ਵਾਲੇ ਸਹਿਜ ਪ੍ਰੀਤ 7 ਸਾਲਾਂ ਦਾ ਸੀ। ਉਸਦੀ ਲਾਸ਼ ਦੌਰਾਹੇ ਵਾਲੀ ਨਹਿਰ 'ਚੋਂ ਬਰਾਮਦ ਕਰ ਲਈ ਗਈ ਸੀ। ਮਾਸੂਮ ਨੂੰ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਆਪਣਾ ਸਕਾਤਾਇਆ ਸੀ। ਪਰਿਵਾਰਕ ਰੰਜਿਸ਼ ਦੇ ਚੱਲਦੇ ਉਸ ਨੇ ਸਹਿਜ ਪ੍ਰੀਤ ਨੂੰ ਨਹਿਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚੇ ਦੇ ਗੁੰਮ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਬੱਚਾ ਆਖਰੀ ਵਾਰ ਆਪਣੇ ਤਾਏ ਨਾਲ ਫਰੂਟ ਲੈਣ ਗਿਆ ਸੀ। ਜਾਂਚ ਦੇ ਦੌਰਾਨ ਬੱਚੇ ਦੀ ਸਾਈਕਲ ਸੜਕ ਤੋਂ ਲਵਾਰਿਸ ਹਾਲਤ ਵਿੱਚ ਮਿਲੀ। ਸੂਤਰਾਂ ਦਾ ਕਹਿਣਾ, ਬੱਚੇ ਨੂੰ ਆਪਣੀ ਸਾਈਕਲ ਬੇਹੱਦ ਪਿਆਰੀ ਸੀ, ਉਹ ਉਸ ਨੂੰ ਕਦੇ ਵੀ ਨਹੀਂ ਸੀ ਛੱਡਦਾ। ਸਾਰੇ ਮਾਮਲੇ ਨੂੰ ਦੇਖਦੇ ਹੋਏ ਇਹ ਪੁਲਿਸ ਦੀ ਸ਼ੱਕ ਦੀ ਸੂਈ ਸਹਿਜ ਪ੍ਰੀਤ ਦੇ ਤਾਏ ਵੱਲ ਗਈ। ਪੁਲਿਸ ਨੇ ਉਸ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ ਅਤੇ ਆਖਿਰਕਾਰ ਐਤਵਾਰ ਸਵੇਰੇ ਉਸਨੇ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਗੁਰਦੁਆਰਾ ਸਾਹਿਬ ਵਿੱਚ ਤਾਏ ਸਰਵਣ ਸਿੰਘ ਅਤੇ ਸਹਿਜਪ੍ਰੀਤ ਦੋਵਾਂ ਨੇ ਮੱਥਾ ਟੇਕਿਆ ਅਤੇ ਇੱਥੋਂ ਹੀ ਦੋਵੇਂ ਜਾਣੇ ਮੋਟਰਸਾਈਕਲ 'ਤੇ ਬੈਠ ਕੇ ਚਲੇ ਗਏ। ਤਾਏ ਨੇ ਮੱਥਾ ਟੇਕਣ ਤੋਂ ਬਾਅਦ ਸਹਿਜ ਨੂੰ ਆਪਣੇ ਨਾਲ ਲਿਜਾ ਕੇ ਨਹਿਰ 'ਚ ਡੁੱਬੋ ਕੇ ਨੰਨੇ ਸਹਿਜ ਨੂੰ ਦਰਦਨਾਕ ਮੌਤ ਦੇ ਦਿੱਤੀ ਅਤੇ ਇਸ ਦੀ CCTV ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ, ਜਿਸ ਤੋਂ ਬਾਅਦ ਤੋਂ ਸਹਿਜ ਦੇ ਤਾਏ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੇ ਘਰ ਮਾਤਮ ਦਾ ਮਾਹੌਲ ਇਸ ਸਮੇਂ ਬਣਿਆ ਹੋਇਆ ਹੈ। ਹਾਂਜੀ, ਤਾਂ ਦੋਸਤੋ, ਇਹ ਸਹਿਜ ਜਾਣਕਾਰੀ ਹੁਣ ਤੱਕ ਦੀ ਅੱਜ ਦੀ ਇਸ ਵੀਡੀਓ ਵਿੱਚ ਸਹਿਜ ਨੂੰ ਲੈ ਕੇ। ਦੋਸਤੋ, ਇਸ ਸਾਰੇ ਮਾਮਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ, ਨਹੀਂ ਤਾਂ ਕਮੈਂਟਾਂ ਰਾਹੀਂ ਵਾਹਿਗੁਰੂ ਜੀ ਜ਼ਰੂਰ ਲਿਖਣਾ। ਹੋਰ ਜਾਣਕਾਰੀ ਲਈ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਤੁਹਾਡੇ ਆਪਣੇ ਚੈਨਲ ਕਮਡਾਊਨ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਨਾਲ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲੈਣਾ ਅਤੇ ਸਾਡੀ ਸਪੋਰਟ ਜ਼ਰੂਰ ਕਰਨਾ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।